हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਜੀ 20 ਮੋਸਟ ਇੰਪੋਰਟੈਂਟ ਕੁਐਸਚਨ ਸਪੈਸ਼ਲੀ ਫਾਰ ਐਨਐਮ ਮਲਟੀਪਲ ਹੈਲਥ ਵਰਕਰ ਵਾਰਡ اٹੈਂਡੈਂਟ ਪੈਰਾਮੈਡੀਕਲ ਸਟਾਫ ਨਰਸ ਵਾਲੇ ਬੱਚਿਆਂ ਲਈ ਐਨਐਮ ਜੀਐਨਐਮ ਬੀਐਸਸੀ ਨਰਸਿੰਗ ਵਾਲੇ ਬੱਚੇ ਵੀ ਪ੍ਰੈਪਰੇਸ਼ਨ ਕਰ ਸਕਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਰ ਇੱਕ ਕੁਐਸਚਨ ਆਪਣੇ ਆਪਣੇ ਪੁਆਇੰਟ ਆਫ 뷰 ਤੋਂ ਕਾਫੀ ਇੰਪੋਰਟੈਂਟ ਹੈ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਦੇ ਆ ਜਿਹੜੇ ਸਟੂਡੈਂਟ ਅਤੇ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਕੁਐਸਚਨਸ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਅਤੇ ਤੁਹਾਡੀ ਤਿਆਰੀ ਹੋਰ ਵੀ ਪੱਕੀ ਹੁੰਦੀ ਜਾਵੇ ਹਾਂਜੀ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਦੇਖਦੇ ਆ ਜੀ ਫਰਸਟ ਕਵੈਸਚਨ ਨੰਬਰ 1 ਵਾਈਟਲ ਸਾਈਨ ਹੈ ਜਾਂ ਵਾਈਟਲ ਸਾਈਨ ਕੀ ਹੈ অপਸ਼ਨਸ ਨੇ ਤੁਹਾਡੇ ਕੋਲੇ ਨੰਬਰ 1 ਤਾਪਮਾਨ ਖੂਨ ਦਾ ਦਬਾਅ ਨੰਬਰ 2 ਨਾੜੀ ਨੰਬਰ 3 ਸਾਹ ਨੰਬਰ 4 ਉਪਰੋਕਤ ਸਾਰੇ ਸੋ ਜਿਹੜੇ ਵਾਈਟਲ ਸਾਈਨਸ ਨੇ ਇਹ ਉਪਰੋਕਤ ਸਾਰੇ ਆ ਜੀ ਇਹ ਸਾਰੇ ਹੀ ਵਾਈਟਲ ਸਾਈਨਸ ਨੇ ਚਾਰ ਨੰਬਰ অপਸ਼ਨ ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ 2 ਨੰਬਰ ਕੁਐਸਚਨ ਹਾਂਜੀ ਸਰੀਰ ਦਾ ਸਧਾਰਨ ਤਾਪਮਾਨ ਕਿੰਨਾ ਹੁੰਦਾ ਹੈ? ਯਾਨੀ ਕਿ ਨਾਰਮਲ ਟੈਂਪਰੇਚਰ ਆ ਜਿਹੜਾ ਉਹ ਆਪਣੇ ਸਰੀਰ ਦਾ ਉਹ ਕਿੰਨਾ ਹੁੰਦਾ? ਤਾਂ ਆਪਸ਼ਨਸ ਨੇ ਤੁਹਾਡੇ ਕੋਲ ਨੰਬਰ 1 98.6 ਡਿਗਰੀ ਫਾਰਨਹਾਈਟ, ਨੰਬਰ 2 98.8 ਡਿਗਰੀ ਫਾਰਨਹਾਈਟ, ਨੰਬਰ 3 98.3 ਡਿਗਰੀ ਫਾਰਨਹਾਈਟ, ਨੰਬਰ 4 97.6 ਡਿਗਰੀ ਫਾਰਨਹਾਈਟ। ਸੋ ਜਿਹੜਾ ਮਨੁੱਖੀ ਸਰੀਰ ਦਾ ਨਾਰਮਲ ਟੈਂਪਰੇਚਰ ਆ ਸਧਾਰਨ ਤਾਪਮਾਨ ਆ ਇਹ ਹੁੰਦਾ ਆ ਜੀ। অপশন নাম্বার 1 98.6 ডিগ্রি ফারেনহাইট سارے মেডিকেল ফিল্ড والے ਬੱਚਿਆਂ ਨੂੰ ਇਹਦਾ ਆਨਸਰ ਪਤਾ ਹੀ ਹੋਵੇਗਾ। ਨੈਕਸਟ 3 ਨੰਬਰ ਕੁਐਸਚਨ ਹਾਂਜੀ ਸਰੀਰ ਦੀ ਸਧਾਰਨ ਨਾੜੀ ਦਰ ਕਿੰਨੀ ਹੁੰਦੀ ਹੈ? ਯਾਨੀ ਕਿ ਮਨੁੱਖੀ ਸਰੀਰ ਦੀ ਸਧਾਰਨ ਜਿਹੜੀ ਨਾੜੀ ਦਰ ਆ ਉਹ ਕਿੰਨੀ ਹੁੰਦੀ ਆ ਪਲਸ ਰੇਟ। ਹਾਂਜੀ অপਸ਼ਨ ਤੁਹਾਡੇ ਕੋਲ ਆ ਨੰਬਰ 1 70 प्रति मिनट नंबर 2 72 प्रति मिनट नंबर 3 68 प्रति मिनट नंबर 4 74 प्रति मिनट सो ਜਿਹੜਾ ਮਨੁੱਖੀ ਸਰੀਰ ਆ ਇਹਦੀ ਪਲਸ ਰੇਟ ਆ ਜਿਹੜੀ ਉਹ ਨਾਰਮਲ ਕਿੰਨੀ ਹੁੰਦੀ ਆ ਜੀ 72 ਪ੍ਰਤੀ ਮਿੰਟ ਯਾਨੀ ਕਿ 72 ਪ੍ਰਤੀ ਮਿੰਟ ਹੁੰਦੀ ਆ অপਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਹੋਵੇਗਾ ਇੰਪੋਰਟੈਂਟ ਕੁਐਸਚਨ ਆ ਜੀ ਇਹ ਕਾਫੀ ਵਾਰ ਪੇਪਰਾਂ ਦੇ ਵਿੱਚ ਰਿਪੀਟ ਹੁੰਦਾ ਰਹਿੰਦਾ ਆ हां जी 4 ਨੰਬਰ ਤੇ ਕੁਐਸਚਨ ਹੈ ਜੀ ਸਰੀਰ ਦਾ ਸਧਾਰਨ ਸਾਹ ਦਰ ਕਿੰਨੀ ਹੁੰਦੀ ਹੈ? ਯਾਨੀ ਕਿ ਸਰੀਰ ਦੀ ਜਿਹੜੀ ਸਧਾਰਨ ਸਾਹ ਦਰ ਉਹ ਕਿੰਨੀ ਹੁੰਦੀ ਆ ਤਾਂ ਆਪਸ਼ਨ ਤੁਹਾਡੇ ਕੋਲ ਆ ਨੰਬਰ 1 16 ਪ੍ਰਤੀ ਮਿੰਟ ਨੰਬਰ 2 20 ਪ੍ਰਤੀ ਮਿੰਟ ਨੰਬਰ 3 18 ਪ੍ਰਤੀ ਮਿੰਟ ਜਾਂ ਨੰਬਰ 4 22 ਪ੍ਰਤੀ ਮਿੰਟ ਸੋ ਜਿਹੜੀ ਸਧਾਰਨ ਸਾਹ ਦਾਰਾ ਇਹ ਹੁੰਦੀ ਆ ਜੀ 16 ਪ੍ਰਤੀ ਮਿੰਟ ਠੀਕ ਹੈ ਜੀ ਆਪਸ਼ਨ ਨੰਬਰ 1 ਆ ਜਿਹੜਾ ਇਹ ਤੁਹਾਡਾ ਸਹੀ ਜਵਾਬ ਹੋਵੇਗਾ ਹਾਂਜੀ ਨੈਕਸਟ ਪੰਜ ਨੰਬਰ ਕੁਐਸਚਨ ਸਰੀਰ ਦਾ ਸਧਾਰਨ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਹੈ 옵ਸ਼ਨਸ ਨੇ ਤੁਹਾਡੇ ਕੋਲੇ ਨੰਬਰ 1 100 ਬੀ ਤੋਂ 80 ਨੰਬਰ 2 120 ਤੋਂ 70 ਨੰਬਰ 3 110 ਤੋਂ 70 ਨੰਬਰ 4 110 ਤੋਂ 80 ਸੋ ਜਿਹੜਾ ਟੈਂਪਰੇਚਰ ਆ ਸੌਰੀ ਬਲੱਡ ਪ੍ਰੈਸ਼ਰ ਆ ਇਹਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਲੈਨੇ ਆ ਉੱਪਰਲਾ ਬਲੱਡ ਪ੍ਰੈਸ਼ਰ ਅਤੇ ਹੇਠਲਾ ਬਲੱਡ ਪ੍ਰੈਸ਼ਰ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਉਹ ਹੈਗਾ ਜੀ ਆਪਸ਼ਨ ਨੰਬਰ 1 120 ਤੋਂ 80 ਸੋ ਜਿਹੜਾ ਉੱਪਰਲਾ ਬਲੱਡ ਪ੍ਰੈਸ਼ਰ ਆ ਜਦੋਂ 120 ਤੱਕ ਹੁੰਦਾ ਤਾਂ ਉਹ ਨਾਰਮਲ ਹੁੰਦਾ ਜੇ 120 ਤੋਂ ਅੱਪ ਹੁੰਦਾ ਆ ਤਾਂ ਉਹਨੂੰ ਹਾਈ ਬਲੱਡ ਪ੍ਰੈਸ਼ਰ ਦੇ ਵਿੱਚ ਕਾਊਂਟ ਕੀਤਾ ਜਾਂਦਾ ਆ ਇਸੇ ਤਰ੍ਹਾਂ 80 ਆ ਜਿਹੜਾ ਨੀਚੇ ਵਾਲਾ ਬਲੱਡ ਪ੍ਰੈਸ਼ਰ ਆ ਜੇ ਉਹ 80 ਤੋਂ ਡਾਊਨ ਜਾਂਦਾ ਵਾ 60 50 ਤਾਹੋ ਲੋਅ ਬਲੱਡ ਪ੍ਰੈਸ਼ਰ ਵਿੱਚ ਕਾਊਂਟ ਹੁੰਦਾ ਆ ਸੋ ਇਹ 120 ਤੋਂ 80 ਦੇ ਵਿਚਕਾਰ ਹੋਣਾ ਚਾਹੀਦਾ ਆ ਨੈਕਸਟ ਕੁਐਸਚਨ 6 ਨੰਬਰ ਹਾਂਜੀ ਊਰਜਾ ਨੂੰ ਕਾਬੂ ਕਰਨ ਵਾਲਾ ਕੇਂਦਰ ਕਿਹੜਾ ਹੈ ਸੋ ਆਪਸ਼ਨਸ ਤੁਹਾਡੇ ਸਾਹਮਣੇ ਆ ਨੰਬਰ 1 ਤੇ ਦਿਮਾਗ ਨੰਬਰ 2 ਤੇ ਹਾਈਪੋਥੈਲਮਸ ਨੰਬਰ 3 ਤੇ ਦਿਲ ਤੇ ਨੰਬਰ 4 ਤੇ ਮੈਡੂਲਾ ਸੋ ਜਿਹੜੀ ਊਰਜਾ ਹੁੰਦੀ ਹੈ ਆਪਣੇ ਸਰੀਰ ਦੀ ਉਸ ਨੂੰ ਕਾਬੂ ਕਰਨ ਵਾਲਾ ਜਿਹੜਾ ਕੇਂਦਰ ਆ ਉਹ ਹੁੰਦਾ ਜੀ অপਸ਼ਨ ਨੰਬਰ 2 ਹਾਈਪੋਥੈਲੇਮਸ ਸੋ ਹਾਈਪੋਥੈਲੇਮਸ ਆ ਜਿਹੜਾ ਇਹ ਊਰਜਾ ਨੂੰ ਕਾਬੂ ਕਰਨ ਦਾ ਕੇਂਦਰ ਆ ਸੋ ਦੋ ਨੰਬਰ অপਸ਼ਨ ਤੁਹਾਡਾ ਸਹੀ ਜਵਾਬ ਹੋਵੇਗਾ ਸੋ ਵਾਧਿਆ ਨੈਕਸਟ 7 ਨੰਬਰ ਕੁਐਸਚਨ ਵੱਲ ਹਾਂਜੀ ਤਾਪ ਸਰੀਰ ਦੇ ਕਿਹੜੇ ਅੰਗਾਂ ਦੁਆਰਾ ਬਾਹਰ ਨਿਕਲਦਾ ਹੈ ਜਿਹੜਾ ਤਾਪਮਾਨ ਹੁੰਦਾ ਆਪਣੀ ਬੋਡੀ ਦਾ ਟੈਂਪਰੇਚਰ ਹੁੰਦਾ ਉਹ ਵਾਧੂ ਹੁੰਦਾ ਜਿਹੜਾ ਉਹ ਕਿਹੜੇ ਅੰਗਾਂ ਦੁਆਰਾ ਨੰਬਰ 1 ਤੇ ਚਮੜੀ ਦੁਆਰਾ ਨੰਬਰ 2 ਤੇ ਫੇਫੜੇ ਦੁਆਰਾ ਨੰਬਰ 3 ਤੇ ਆਂਤ ਦੇ ਰਸਤੇ ਦੁਆਰਾ ਜਾਂ ਨੰਬਰ 4 ਤੇ ਉਪਰੋਕਤ ਸਾਰੇ ਸੋ ਜਿਹੜਾ ਤਾਪਮਾਨ ਆ ਇਹ ਇਨਾਂ ਸਾਰੇ ਹੀ ਰਸਤੇ ਆ ਰਹੀਂ ਬਾਹਰ ਨਿਕਲਦਾ ਵਾ ਸੋ ਇਸ ਕਰਕੇ ਆਪਸ਼ਨ ਨੰਬਰ 4 ਆ ਜਿਹੜਾ ਉਪਰੋਕਤ ਸਾਰੇ ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ 8 ਨੰਬਰ ਕੁਐਸਚਨ ਜੀ ਇਹ ਜਿਹੜੇ ਆਪਾਂ ਕੁਐਸਚਨ ਕਰਾ ਰਹੇ ਆ ਇਹ ਸਾਰੇ ਹੀ ਪੇਪਰਾਂ ਲਈ ਮੈਡੀਕਲ ਫੀਲਡ ਦੇ ਜਿੰਨੇ ਵੀ ਐਗਜ਼ਾਮ ਹੁੰਦੇ ਆ ਸਾਰਿਆਂ ਦੇ ਵਿੱਚ ਰਿਪੀਟ ਹੁੰਦੇ ਰਹਿੰਦੇ ਆ ਸੋ ਧਿਆਨ ਨਾਲ ਸਾਰੇ ਕੁਐਸਚਨਸ ਨੋਟ ਕਰ ਲਿਆ ਕਰੋ ਕਿੰਨਾ ਤਾਪਮਾਨ ਕਮਰੇ ਦੇ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਮੰਨਿਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਆ 64 ਤੋਂ 66 ਡਿਗਰੀ ਸੈਲਸੀਅਸ ਨੰਬਰ 2 68 ਤੋਂ 72 ਡਿਗਰੀ ਸੈਲਸੀਅਸ ਨੰਬਰ 3 75 ਤੋਂ 80 ਡਿਗਰੀ ਸੈਲਸੀਅਸ ਨੰਬਰ 4 62 ਤੋਂ 62 ਡਿਗਰੀ ਸੈਲਸੀਅਸ ਸੋ ਇਹਨਾਂ ਦੇ ਵਿੱਚੋਂ ਸਹੀ ਜਵਾਬ ਹੋਊਗਾ ਜੀ অপਸ਼ਨ ਨੰਬਰ 2 ਆ ਜਿਹੜਾ ਇਹ 68 ਤੋਂ 72 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੁੰਦਾ ਆ ਇਹ ਕਿਸੇ ਕਮਰੇ ਦੇ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਮੰਨਿਆ ਜਾਂਦਾ ਹੈ ਹਾਂਜੀ ਨੈਕਸਟ ਨੌ ਨੰਬਰ ਕੁਐਸਚਨ ਗੁਰਦੇ ਦੀ ਬਿਮਾਰੀ ਤੋਂ ਪੀੜਤ ਰੋਗੀ ਲਈ ਕਿਹੜਾ ਬਿਸਤਰਾ ਕੰਮ ਵਿੱਚ ਲਿਆਂਦਾ ਜਾਂਦਾ ਜਾਂਦਾ ਹੈ ਤਾਂ অপਸ਼ਨ ਨੇ ਤੁਹਾਡੇ ਕੋਲ ਨੰਬਰ 1 ਫ੍ਰੈਕਚਰ ਬੈਡ ਨੰਬਰ 3 ਨੰਬਰ 2 ਬਲੈਂਕਰ ਬੈਡ ਨੰਬਰ 3 कार्डियक बेड नंबर 4 डिवाइडेड बेड सो ਇਹਨਾਂ ਦੇ ਵਿੱਚੋਂ ਜਿਹੜਾ ਪੇਸ਼ੈਂਟ ਗੁਰਦੇ ਦੀ ਬਿਮਾਰੀ ਤੋਂ ਪੀੜਤਾ ਉਹਦੇ ਲਈ ਕਿਹੜਾ ਬਿਸਤਰਾ ਲਗਾਇਆ ਜਾਂਦਾ ਜੀ অপਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਆ ਬਲੈਂਕ ਕੇਅਰ ਬੈਡ ਠੀਕ ਹੈ ਜੀ ਵਾਧਿਆ ਨੈਕਸਟ 10 ਨੰਬਰ ਕੁਐਸਚਨ ਵੱਲ ਮੋਸਟ ਇੰਪੋਰਟੈਂਟ ਕੁਐਸਚਨ ਇਹ ਹੈ ਵੀ ਬਗਲ ਤੋਂ ਲਿਆ ਗਿਆ ਤਾਪਕਰਮ ਮੂੰਹ ਦੇ ਤਾਪਕਰਮ ਤੋਂ ਟੈਸ਼ ਹੁੰਦਾ ਹੈ ਨੰਬਰ 1 1% ਫਾਰਨਹੀਟ ਜ਼ਿਆਦਾ ਨੰਬਰ 2 1% ਫਾਰਨਹੀਟ ਘਟ ਨੰਬਰ 3 2% ਫਾਰਨਹੀਟ ਜ਼ਿਆਦਾ ਨੰਬਰ 4 2% ਫਾਰਨਹੀਟ ਘਟ ਸੋ ਜਿਹੜਾ ਆਪਾਂ ਕਈ ਵਾਰੀ ਡਾਕਟਰ ਜਿਹੜਾ ਕੱਚ ਦੇ ਵਿੱਚ ਥਰਮਾਮੀਟਰ ਲਾ ਕੇ ਟੈਂਪਰੇਚਰ ਚੈੱਕ ਕਰਦੇ ਆ ਉਹ ਮੂੰਹ ਦੇ ਤਾਪਕਰਮ ਤੋਂ ਆਪਸ਼ਨ ਨੰਬਰ 2 ਤੁਹਾਡਾ ਸਹੀ ਜਵਾਬ ਆ 1 ਡਿਗਰੀ ਫਾਰਨਹੀਟ ਆ ਜਿਹੜਾ ਇਹ ਘਟ ਹੁੰਦਾ ਹੈ ਠੀਕ ਹੈ ਜੀ ਨੈਕਸਟ ਆਪਾਂ ਵਧਦੇ ਹਾਂ 11 ਨੰਬਰ ਕੁਐਸਚਨ ਦੇ ਵੱਲ ਸੋ ਜਿਹੜੇ ਬੱਚਿਆਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਨਹੀਂ ਪ੍ਰੈਸ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰੋ ਹਾਂਜੀ 11 ਨੰਬਰ ਕੁਐਸਚਨ ਹੈ ਸਰੀਰ ਦਾ ਤਾਪਮਾਨ ਜਾਂਚਣ ਦੀ ਸਭ ਤੋਂ ਉੱਤਮ ਵਿਧੀ ਕਿਹੜੀ ਹੈ ਆਪਸ਼ਨ ਤੁਹਾਡੇ ਕੋਲ ਨੇ ਨੰਬਰ 1 ਮੂੰਹ ਦੁਆਰਾ ਨੰਬਰ 2 ਬਗਲ ਦੁਆਰਾ ਨੰਬਰ 3 ਮਲਾਸ਼ੇਆ ਦੁਆਰਾ ਨੰਬਰ 4 ਕੋਈ ਨਹੀਂ ਸੋ ਇਹਨਾਂ ਦੇ ਵਿੱਚੋਂ ਸਹੀ ਜਵਾਬ ਆ ਜੀ ਸਰੀਰ ਦਾ ਜੇਕਰ ਤਾਪਮਾਨ ਇੱਕਦਮ ਕਰੈਕਟ ਨਾਲ ਆਪਣਾ ਹੋਵੇ ਤਾਂ ਆਪਸ਼ਨ ਨੰਬਰ 3 ਨਾ ਜਿਹੜਾ ਮੁਲਾਸ਼ਾਹਿਆ ਦੁਆਰਾ ਟੈਂਪਰੇਚਰ ਚੈੱਕ ਕੀਤਾ ਜਾਂਦਾ ਆ ਤੇ ਇਹ ਉੱਤਮ ਵਿਧੀ ਆ ਠੀਕ ਹੈ ਜੀ ਨੈਕਸਟ ਆਪਾਂ ਵਧਦੇ ਹਾਂ 12 ਨੰਬਰ ਕੁਐਸਚਨ ਵੱਲ ਹਾਂਜੀ ਕਲੀਨਿਕਲ ਥਰਮਾਮੀਟਰ ਉੱਤੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕਿੰਨਾ ਹੁੰਦਾ ਹੈ ਜਿਹੜਾ ਡਾਕਟਰੀ ਜਾਂ ਕਲੀਨਿਕਲ ਥਰਮਾਮੀਟਰ ਆ ਉਹਦੇ ਤੇ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਕਿੰਨਾ ਮੈਂਸ਼ਨ ਹੁੰਦਾ ਵਾ ਸੋ ਆਪਸ਼ਨ ਤੁਹਾਡੇ ਕੋਲ ਆ ਨੰਬਰ 1 34 ਡਿਗਰੀ ਸੈਲਸੀਅਸ ਤੋਂ 41.4 ਡਿਗਰੀ ਸੈਲਸੀਅਸ ਨੰਬਰ 2 32 ਡਿਗਰੀ ਸੈਲਸੀਅਸ ਤੋਂ 40 ਡਿਗਰੀ ਸੈਲਸੀਅਸ ਨੰਬਰ 3 37 ਡਿਗਰੀ ਸੈਲਸੀਅਸ ਤੋਂ 48.7 ਡਿਗਰੀ ਸੈਲਸੀਅਸ ਨੰਬਰ 4 35 ਡਿਗਰੀ ਸੈਲਸੀਅਸ ਤੋਂ 43.3 ਡਿਗਰੀ ਸੈਲਸੀਅਸ ਸੋ ਜਿਹੜਾ ਕਲੀਨਿਕਲ ਥਰਮਾਮੀਟਰ ਹੁੰਦਾ ਇਹਦੇ ਤੇ 35 डिग्री सेल्सियस ਤੋਂ 43.3 डिग्री सेल्सियस ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਾਨ ਮੈਂਸ਼ਨ ਹੁੰਦਾ ਹੈ ਸੋ ਆਪਸ਼ਨ ਨੰਬਰ 4 ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ ਹਾਂਜੀ 13 ਨੰਬਰ ਕੁਐਸਚਨ ਲੋ ਪਾਇਰੇਕਸਿਆ ਦੇ ਅੰਤਰਗਤ ਕਿੰਨਾ ਤਾਪਮਾਨ ਹੁੰਦਾ ਹੈ ਤਾਂ ਆਪਸ਼ਨ ਆ ਤੁਹਾਡੇ ਕੋਲੇ ਨੰਬਰ 1 97 डिग्री फारेनहाइट तो 98 डिग्री फारेनहाइट नंबर 2 99 डिग्री फारेनहाइट तो 100 डिग्री फारेनहाइट नंबर 3 102 डिग्री फारेनहाइट तो 103 डिग्री फारेनहाइट नंबर 4 103 डिग्री फारेनहाइट तो 105 डिग्री फारेनहाइट सो ਜਿਹੜਾ ਲੋ ਪਾਇਰੇਕਸिया ਇਸ ਦੇ ਅੰਤਰਗਤ ਜਿਹੜਾ ਤਾਪਮਾਨ ਹੁੰਦਾ ਹੈ ਉਹ ਹੁੰਦਾ ਜੀ অপਸ਼ਨ ਨੰਬਰ 2 99 डिग्री फारेनहाइट ਤੋਂ 100 डिग्री फारेनहाइट ਇਹ ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ 14 ਨੰਬਰ ਕੁਐਸਚਨ ਹਾਂਜੀ ਹਾਈ ਪਾਇਰੇਕਸिया ਦੇ ਅੰਤਰਗਤ ਤਾਪਮਾਨ ਕਿੰਨਾ ਹੁੰਦਾ ਆ অপਸ਼ਨ ਤੁਹਾਡੇ ਸਾਹਮਣੇ ਨੇ ਨੰਬਰ 1 103 ਡਿਗਰੀ ਫਾਰਨਹਿਟ ਤੋਂ 105 ਡਿਗਰੀ ਫਾਰਨਹਿਟ ਨੰਬਰ 2 102 ਡਿਗਰੀ ਫਾਰਨਹਿਟ ਤੋਂ 106 ਡਿਗਰੀ ਫਾਰਨਹਿਟ ਨੰਬਰ 3 100 ਡਿਗਰੀ ਫਾਰਨਹਿਟ ਤੋਂ 102 ਡਿਗਰੀ ਫਾਰਨਹਿਟ ਨੰਬਰ 4 105 ਡਿਗਰੀ ਫਾਰਨਹਿਟ ਤੋਂ ਜ਼ਿਆਦਾ ਸੋ ਇਹਨਾਂ ਦੇ ਵਿੱਚੋਂ ਰਾਈਟ ਆਨਸਰ ਹੋਊਗਾ ਜੀ অপਸ਼ਨ ਨੰਬਰ 2 ਜਦੋਂ ਹਾਈ ਪਾਇਰੇਕਸिया ਹੁੰਦਾ ਆ ਤਾਂ ਇਸ ਦੇ ਅੰਤਰਗਤ 102 ਡਿਗਰੀ ਫਾਰਨਹਿਟ ਤੋਂ 106 ਡਿਗਰੀ सॉरी 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 ऑप्शन नंबर एक थोड़ा तो सही जवाब होगा एक सौ तीन डिगरी फान हीट तो एक सौ पिगरी फान हीट ठीक है जी सो so, ये बाय मिसटेक कहा गया पहला दो नंबर सो so, एक नंबर सही आंसर है जी एक सौ तीन डिगरी फान हीट तो एक सौ पिगरी फान हीट सो वाद नैक्सट क्वेश्चन वाल पंद्रह नंबर क्वेश्चन हाँ जी इंपोर्टेंट क्वेश्चन है ਜਨਮ ਸਮੇ ਨਾੜੀ ਦਰ ਕਿੰਨੀ ਹੁੰਦੀ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 140 ਤੋਂ 130 ਤੋਂ 140 ਪ੍ਰਤੀ ਮਿੰਟ ਨੰਬਰ 2 140 ਤੋਂ 150 ਪ੍ਰਤੀ ਮਿੰਟ ਨੰਬਰ 3 115 ਤੋਂ 130 ਪ੍ਰਤੀ ਮਿੰਟ ਨੰਬਰ 4 100 ਤੋਂ 115 ਪ੍ਰਤੀ ਮਿੰਟ ਸੋ ਬਰਥ ਦੇ ਸਮੇ ਜਿਹੜੀ ਆਪਣੀ ਨਾੜੀ ਦਰ ਪਲਸ ਰੇਟ ਇਹ ਹੁੰਦੀ ਹੈ ਜੀ 130 ਤੋਂ 140 ਪ੍ਰਤੀ ਮਿੰਟ ਸੋ অপਸ਼ਨ ਨੰਬਰ 1 ਤੁਹਾਡਾ ਸਹੀ ਜਵਾਬ ਹੋਵੇਗਾ ਨੈਕਸਟ हां जी बुढ़ापे ਦੇ ਵਿੱਚ ਨਾੜੀ ਦਰ ਕਿੰਨੀ ਹੁੰਦੀ ਹੈ অপਸ਼ਨ ਤੁਹਾਡੇ ਕੋਲ ਆ ਨੰਬਰ 1 60 ਤੋਂ 70 ਪ੍ਰਤੀ ਮਿੰਟ ਨੰਬਰ 2 80 ਤੋਂ 86 ਪ੍ਰਤੀ ਮਿੰਟ ਨੰਬਰ 3 90 ਤੋਂ 100 ਪ੍ਰਤੀ ਮਿੰਟ ਨੰਬਰ 4 70 ਤੋਂ 80 ਪ੍ਰਤੀ ਮਿੰਟ ਸੋ ਬੁढ़ापे ਦੇ ਵਿੱਚ ਜਿਹੜੀ ਨਾੜੀ ਦਰ ਆਏ ਹੁੰਦੀ ਹੈ ਜੀ অপਸ਼ਨ ਨੰਬਰ 1 70 ਤੋਂ 80 60 ਤੋਂ 70 ਪ੍ਰਤੀ ਮਿੰਟ ਸੌਰੀ 60 ਤੋਂ 70 ਪ੍ਰਤੀ ਮਿੰਟ 60 ਟੂ 70 ਠੀਕ ਹੈ ਜੀ ਸੋ ਨੈਕਸਟ 17 ਨੰਬਰ ਕੁਐਸਚਨ ਹਾਂ ਜੀ ਸਾਹ ਕਿਰਿਆ ਦਾ ਕੰਟਰੋਲ ਕੇਂਦਰ ਕਿਹੜਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਆ ਨੰਬਰ 1 ਤੇ ਦਿਮਾਗ ਨੰਬਰ 2 ਤੇ ਸੈਰੀਬੈਲਮ ਨੰਬਰ 3 ਤੇ ਮੈਡੂਲਾ ਆਬਲੋਗੇਟਾ ਨੰਬਰ 4 ਕੋਈ ਨਹੀਂ ਸੋ ਜਿਹੜੀ ਸਾਹ ਕਿਰਿਆ ਵਾ ਇਹਦਾ ਕੰਟਰੋਲ ਕੇਂਦਰ ਹੁੰਦਾ ਹੈ ਜੀ ਆਪਸ਼ਨ ਨੰਬਰ 3 ਮੈਡੂਲਾ ਆਬਲੋਗੇਟਾ ਠੀਕ ਹੈ ਜੀ ਨੋਟ ਕਰ ਲਿਓ ਇੰਪੋਰਟੈਂਟ ਕੁਐਸਚਨ ਹੈ ਹਾਂਜੀ 18 ਨੰਬਰ ਕੁਐਸਚਨ ਹੈ ਆ ਜਨਮ ਸਮੇ ਸਾਹ ਕਿਰਿਆ ਦੀ ਦਰ ਕਿੰਨੀ ਹੁੰਦੀ ਹੈ ਯਾਨੀ ਕਿ ਜਨਮ ਦੇ ਸਮੇ ਕਿੰਨੀ ਹੁੰਦੀ ਹੈ ਸਾਹ ਕਿਰਿਆ ਤਾਂ ਆਪਸ਼ਨ ਤੁਹਾਡੇ ਕੋਲ ਆ 30 ਤੋਂ 40 ਪ੍ਰਤੀ ਮਿੰਟ ਨੰਬਰ 2 20 ਤੋਂ 26 ਪ੍ਰਤੀ ਮਿੰਟ ਨੰਬਰ 3 26 ਤੋਂ 30 ਪ੍ਰਤੀ ਮਿੰਟ ਨੰਬਰ 4 16 ਤੋਂ 20 ਪ੍ਰਤੀ ਮਿੰਟ ਸੋ ਜਨਮ ਦੇ ਸਮੇ ਜਿਹੜੀ ਸਾਹ ਕਿਰਿਆ ਦੀ ਦਰ ਆ ਉਹ ਹੁੰਦੀ ਹੈ ਜੀ ਆਪਸ਼ਨ ਨੰਬਰ 1 30 ਤੋਂ 40 ਪ੍ਰਤੀ ਮਿੰਟ ਠੀਕ ਹੈ ਨੈਕਸਟ 19 ਨੰਬਰ ਕੁਐਸਚਨ ਹਾਂਜੀ ਬੁਢਾਪੇ ਦੇ ਸਮੇ ਸਾਹ ਕਿਰਿਆ ਦੀ ਦਰ ਕਿੰਨੀ ਹੁੰਦੀ ਆ অপਸ਼ਨ ਤੁਹਾਡੇ ਕੋਲ ਆ ਨੰਬਰ 1 16 ਤੋਂ 20 ਪ੍ਰਤੀ ਮਿੰਟ ਨੰਬਰ 2 20 ਤੋਂ 26 ਪ੍ਰਤੀ ਮਿੰਟ ਨੰਬਰ 3 20 ਪ੍ਰਤੀ ਮਿੰਟ ਨੰਬਰ 4 10 ਤੋਂ 24 ਪ੍ਰਤੀ ਮਿੰਟ ਸੋ ਬੁਢਾਪੇ ਸਮੇ ਜਿਹੜੀ ਸਾਹ ਕਿਰਿਆ ਦੀ ਦਰ ਆ ਇਹ ਘਟ ਜਾਂਦੀ ਆ ਇਹ ਹੋ ਜਾਂਦੀ ਆ ਜੀ 10 ਤੋਂ 24 ਪ੍ਰਤੀ ਮਿੰਟ ਠੀਕ ਹੈ ਜੀ ਇਹ 10 ਵੀ ਹੋ ਸਕਦੀ ਆ 24 10 ਤੋਂ ਇਹਦੇ ਵਿੱਚ ਰਹਿੰਦੀ ਆ ਠੀਕ ਹੈ ਜੀ ਸੋ ਨੈਕਸਟ 20 ਨੰਬਰ ਕੁਐਸਚਨ ਹਾਂਜੀ ਕਹੋਂ ਦਾ ਦਬਾਅ ਬਲੱਡ ਪ੍ਰੈਸ਼ਰ ਕਿਸ ਦੁਆਰਾ ਮਾਪਿਆ ਜਾਂਦਾ ਹੈ ਸੋ ਇਹ ਕੁਐਸਚਨਸ ਰਿਪੀਟ ਹੋ ਗਿਆ ਮੇਬੀ ਸੋ ਇਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸੋ 20 ਨੰਬਰ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੋਊਗਾ ਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਦੇ ਵਿੱਚ ਜਿਹੜੇ ਆਪਾਂ ਕੁਐਸਚਨਸ ਐਡ ਕਰਦੇ ਹਾਂ ਤੁਹਾਨੂੰ ਕਿੱਦਾਂ ਦੇ ਲੱਗੇ ਆ ਵੀਡੀਓ ਕਿੱਦਾਂ ਦੀ ਲੱਗਦੀ ਆ ਸੋ ਆਪਾਂ ਹੋਰ ਵੀ ਨਵੇਂ ਨਵੇਂ ਕੁਐਸਚਨਸ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਐਡ ਕਰਕੇ ਲੈ ਕੇ ਆਵਾਂਗੇ ਸੋ 20 ਨੰਬਰ ਕੁਐਸਚਨ ਦਾ ਆਨਸਰ ਬਹੁਤ ਹੀ ਈਜ਼ੀ ਆ ਸਾਰੇ ਮੈਡੀਕਲ ਵਾਲੇ ਬੱਚਿਆਂ ਨੂੰ ਪਤਾ ਹੀ ਹੋਣਾ ਵਾ ਠੀਕ ਹੈ ਜੀ ਨਰਸਿੰਗ ਜੀ ਐਨਐਮ ਐਨਐਮ ਸਾਰੇ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੋਣਾ ਚਾਹੀਦਾ ਸੋ ਛੇਤੀ ਛੇਤੀ ਕਮੈਂਟ ਬਾਕਸ ਦੇ ਵਿੱਚ ਰਿਪਲਾਈ ਕਰੋ ਕਿ 20 ਨੰਬਰ ਕੁਐਸਚਨ ਦਾ ਆਨਸਰ ਕੀ ਆ ਆਪਸ਼ਨ ਤੁਹਾਡੇ ਸਾਹਮਣੇ ਆ ਥਰਮਾਮੀਟਰ ਮੈਨੋਮੀਟਰ ਸਪੈਗਨੋਮ ਮੈਨੋਮੀਟਰ ਜਾਂ ਉਪਰੋਕਤ ਸਾਰੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੇਂ ਕੁਐਸਚਨਸ ਲੈ ਕੇ ਧੰਨਵਾਦ